ਸਿਹਤ ਹੈ ਮੇਰੀ ਪਹਿਲੇ ਦਿਨ ਤੋਂ ਬਹੁਤ ਵਧੀਆ ਹੈ। ਤੁਸੀਂ ਦੇਖਿਆ ਹੋਣਾ ਟਵਿੱਟਰ ਤੇ ਵਾਹਿਗੁਰੂ ਦੀ ਮਿਹਰ ਹੈ, ਡਾਕਟਰ ਹੋਣ ਦੇ ਨਾਤੇ ਮੈਂ ਕਦੇ ਸਮਝਿਆ ਹੀ ਨਹੀਂ ਕਿ ਮੈਂ ਬਿਮਾਰ ਹਾਂ ਤੇ ਨਾ ਮੈਂ ਸੀਗੀ ਨਾ ਮੈਂ ਅੱਜ ਬਿਮਾਰ ਹਾਂ। ਪਟਿਆਲੇ ਦੇ ਲੋਕਾਂ ਦੀ ਆ ਰਹੀ ਵੀ ਤੁਸੀਂ ਪਟਿਆਲੇ ਤੋਂ ਸੀ ਲੋਕ ਸਭਾ ਬੇਟਾ, ਲੋਕਾਂ ਦੀ ਆਵਾਜ਼ 'ਚ ਪਰਮਾਤਮਾ ਦੀ ਆਵਾਜ਼ ਹੈ। ਜੇ ਲੋਕਾਂ ਦੀ ਆਵਾਜ਼ ਉੱਤੇ ਤੱਕ ਪਹੁੰਚੂਗੀ ਜੋ ਸੇਵਾ ਲਾਣਗੇ ਆਪਾਂ ਕਰਾਂਗੇ। ਫਿਲਹਾਲ ਆਪਾਂ, ਮੈਂ ਤਾਂ ਬਿਲਕੁਲ ਤਿਆਰ ਹਾਂ। ਮੈਂ ਹੁਣ ਆਪਣੀ ਡਾਕਟਰੀ 10 ਲੱਖ ਰੁਪਏ ਮਹੀਨਾ ਕਿਉਂ ਛੱਡੀ ਹੈ ਲੋਕਾਂ ਦੀ ਸੇਵਾ ਲਈ, ਠੀਕ ਹੈ ਨਾ। ਕਾਂਗਰਸ ਦੇ ਮੇਨ ਸਿਪਾਹੀ ਨੇ ਜੀ ਉਹਨਾਂ ਨੂੰ ਖੁੰਜੇ ਲਾਇਆ ਹੋਇਆ, ਲਾਲੀ ਜੀ ਦੀ ਗੱਲ ਕਰੀ ਕਈ ਹੋਰ ਕਈ, ਕੋਈ ਖੁੰਜੇ ਨਹੀਂ ਰਹਿੰਦਾ। ਹਾਂ, ਜਿਹੜਾ ਲੀਡਰ ਹੁੰਦਾ ਹੈ, ਲੀਡਰ ਉਹ ਹੁੰਦਾ ਹੈ ਜਿਹੜਾ ਸਭ ਨੂੰ ਨਾਲ ਲੈ ਕੇ ਚੱਲੇ। ਜੇ ਮੈਂ ਅੰਮ੍ਰਿਤਸਰ ਈਸਟ 50,000 ਤੇ ਜਿੱਤੀ ਤਾਂ ਉਹਦਾ ਇੱਕ ਕਾਰਨ ਸੀਗਾ ਕਿ ਮੈਂ ਹਰ ਬੂਥ ਦੇ ਵਰਕਰ ਦੇ ਘਰ ਬੈਠ ਕੇ ਜਿਹੜੀ ਉਹਨੇ ਗਲੀ ਬਣਾਈ ਹਾਰ ਉਹਦੇ ਗਲੇ 'ਚ ਪਾਇਆ। ਤੁਸੀਂ ਸਰਕਾਰ 'ਚ ਰਹਿ ਕੇ ਵੀ ਆਵਾਜ਼ ਉਠਾਉਂਦੇ ਰਹੇ ਸੀਗੇ, ਹੁਣ ਕੀ ਲੱਗਦਾ ਜਿਸ ਤਰ੍ਹਾਂ ਸਰਕਾਰ ਕੰਮ ਕਰ ਰਹੀ ਹੈ ਖਹਿਰਾ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ, ਲੱਗਦਾ ਵੀ ਮਾੜੀ ਰਾਜਨੀਤੀ ਬਾਦਲ ਸਾਹਿਬ ਤੇ ਵੀ ਰੇਡਾ ਹੋ ਰਹੀ ਹੈ, ਕਿਵੇਂ ਦੇਖਦੇ ਨੇ? ਮੈਂ ਕਿਸੇ ਵੀ ਇਨਕੁਆਇਰੀ ਨੂੰ ਕਦੇ ਵੀ ਲਾਈਫ 'ਚ ਬੁਰਾ ਨਹੀਂ ਮੰਨਿਆ। ਮੇਰਾ ਦੁਸ਼ਹਿਰੇ ਤੇ ਉਹ ਹੋ ਗਿਆ ਜੀ, ਲੱਗ ਗਿਆ, ਇੰਸੀਡੈਂਟ ਹੋ ਗਿਆ। ਮੈਨੂੰ ਸਭ ਤੋਂ ਪਹਿਲਾਂ ਕਾਲ ਆਈ ਵੀ ਤੂੰ ਪੇਸ਼ ਹੋ, ਮੈਂ ਬਿਨਾਂ ਇੱਕ ਬੰਦੇ ਦੇ ਉੱਥੇ ਜਾ ਕੇ ਪੇਸ਼ ਹੋਈ। ਤੁਸੀਂ ਆਪਣੀ ਇਨੋਸੈਂਸ ਨੂੰ ਪ੍ਰੂਵ ਕਰੋ। ਹਾਂ, ਇਹ ਤਰੀਕੇ ਗਲਤ ਹੈ, ਕਿਉਂਕਿ ਇਹ ਬੰਦਾ ਦੇਖੋ, ਇੱਕ ਤਾਂ ਬੰਦਾ ਹੈ ਵੀ ਉਹਨੇ ਕਸੂਰ ਕੀਤਾ, ਇੱਕ ਬੰਦਾ ਵੀ ਉਹਨੇ ਕਸੂਰ ਨਹੀਂ ਕੀਤਾ। ਇਹ ਇਹ ਤੁਸੀਂ ਉਦੋਂ ਹੀ ਇਹਦੀ ਸਲਾਹ ਕਰ ਲਓ ਨਾ ਵੀ ਇਹ ਬੰਦਾ ਜੇ ਕਸੂਰਵਾਰ ਇਹਨੂੰ ਪਨਿਸ਼ ਕਰੋ, ਤੇ ਨਹੀਂ ਕਸੂਰਵਾਰ ਤਾਂ ਉਹਨੂੰ ਪੋਲੀਟੀਕਲੀ ਕਿਉਂ ਉਹਨੂੰ ਬਣਾਉਂਦੇ ਹੋ? ਕਿਉਂਕਿ ਕਿੰਨੀਆਂ ਸਰਕਾਰਾਂ ਆਉਂਦੀਆਂ, ਕੇਸ ਲਟਕਦਾ ਰਹਿੰਦਾ। ਨਵਜੋਤ ਸਿੱਧੂ ਨੇ ਬੰਦੇ ਨੂੰ ਹੱਥ ਨਹੀਂ ਲਾਇਆ, ਚਲੋ ਆ ਘਲੌੜੀਆ ਕੇਸ ਲੈ ਲਓ, ਸ਼ੇਰਾਂ ਵਾਲਾ ਗੇਟ ਹੈ, ਇੱਥੇ 400 ਗਵਾਹ ਹੈ। 87 ਚ ਮੇਰਾ ਵਿਆਹ ਹੋਇਆ, 87-88 ਚ ਇਹ ਕੇਸ ਪੈ ਗਿਆ, 5 ਮਹੀਨੇ ਦਾ ਮੇਰਾ ਮੁੰਡਾ, 6 ਮਹੀਨੇ ਲਈ ਅਸੀਂ ਬਾਹਰ ਚਲੇ ਗਏ, 400 ਗਵਾਹ ਹੈ ਵੀ ਮੇਰੇ ਨਵਜੋਤ ਸਿੱਧੂ ਨੇ ਉਹ ਬੰਦੇ ਨੂੰ ਹੱਥ ਨਹੀਂ ਲਾਇਆ। ਪੋਲੀਟੀਕਲੀ ਵਿੰਡੇਟਾ ਕਰਕੇ ਇੰਨੇ ਸਾਲ ਉਹ ਕੇਸ ਚੱਲਿਆ, ਹੁਣ ਉਹ ਮੁੱਕਿਆ ਕਿੱਥੇ? ਉਹਨੂੰ 1 ਸਾਲ ਦੀ ਕੈਦ ਕੱਟਣੀ ਪਈ 323 ਚ, ਇਹ ਠੀਕ ਹੈ? ਇਹੀ ਮੈਂ ਕਹਿ ਰਹੀ ਹਾਂ ਕਿ ਇਹ ਗਲਤ ਹੈ। ਜਾਂ ਤਾਂ ਕਸੂਰਵਾਰ ਬੰਦਾ ਹੈ ਤਾਂ ਉਹਨੂੰ ਉਦੋਂ ਹੀ ਸਜ਼ਾ ਦੇ ਦਿਓ, ਤੇ ਜੇ ਨਹੀਂ ਤਾਂ ਉਹਦਾ ਜਲੂਸ ਕਿਉਂ ਕੱਟਦੇ ਹੋ? ਮੈਂ ਬਿਲਕੁਲ ਆਪਣੀ ਪਾਰਟੀ ਦੇ ਨਾਲ ਚੱਲਦੀ ਹਾਂ, ਅਸੀਂ ਕਾਂਗਰਸ ਪਾਰਟੀ ਦੇ ਸਿਪਾਹੀ ਹਾਂ। ਸਾਨੂੰ ਸਾਡੇ ਉਤਲੇ ਲੀਡਰ ਜੋ ਹੁਕਮ ਦੇਣਗੇ, ਜੋ ਹਿੰਦੁਸਤਾਨ ਦੇ ਭਲੇ ਲਈ ਹੋਏਗਾ, ਅਸੀਂ ਉਸ ਭਲੇ ਲਈ ਉਹਦੇ ਸਿਪਾਹੀ ਹਾਂ, ਉਸ ਗੱਲ ਨੂੰ ਮੰਨਾਂਗੇ। ਸਾਡੇ 'ਚ ਕੋਈ, ਅਸੀਂ ਐਡੇ ਵੱਡੇ ਨਹੀਂ ਹਾਂ ਵੀ ਉਤਲੇ ਸਿਪਾਹੀ ਸਾਨੂੰ ਕੁਛ ਕਹਿਣ ਤੇ ਅਸੀਂ ਉਹਨੂੰ ਫੋਲੋ ਨਾ ਕਰੀਏ, ਨਾ ਅਸੀਂ ਕੋਈ ਗਰੁੱਪ ਬਣਾਈਏ। ਅਸੀਂ ਸਭ ਦੇ ਨਾਲ ਹਾਂ। ਜਿਹੜਾ ਬੰਦਾ ਅੱਜ ਦੀ ਡੇਟ 'ਚ ਕਾਂਗਰਸ ਦੇ ਵਿੱਚ ਹੈ, ਅਸੀਂ ਉਹਦੀ ਇੱਜ਼ਤ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਅਸੀਂ ਬਾਕੀਆਂ ਵਾਂਗੂ ਕਾਂਗਰਸ ਨੂੰ ਤੋੜਨ ਨਹੀਂ ਆਏ, ਅਸੀਂ ਕਾਂਗਰਸ ਨੂੰ ਜੋੜਨ ਵਾਲਿਆਂ 'ਚੋਂ ਹਾਂ। ਅਸੀਂ ਇੱਕ ਇੱਕ ਵਰਕਰ ਨੂੰ ਕਾਂਗਰਸ ਦੇ ਨੂੰ ਘਰੋਂ ਕੱਢ ਕੇ ਆਪਣੇ ਨਾਲ ਜੋੜ ਕੇ ਚੰਗੇ ਕੰਮਾਂ ਵਾਲੇ ਪਾਸੇ ਲਾਣਾ ਹੈ, ਤਾਂ ਕਿ ਲੋਕ ਡਿਮਾਂਡ ਕਰਨ ਅੱਗੇ ਵੀ ਭਾਈ ਅੱਗੇ ਤੋਂ ਕਾਂਗਰਸ ਆਵੇ। ਪਰ ਅਸੀਂ ਪਹਿਲਾਂ ਕੰਮ ਤਾਂ ਕਰੀਏ।